ਕਾਰ ਕਿਸ ਲਈ ਚੋਰੀ ਕੀਤੀ ਸੀ ਤੁਸੀਂ? ਮਕਸਦ ਕੋਈ ਨਹੀਂ ਸੀਗਾ, ਚਿੱਟਾ ਪੀਤਾ ਹੋਇਆ ਸੀ, ਨਸ਼ਾ ਜ਼ਿਆਦਾ ਕੀਤਾ ਹੋਇਆ ਸੀ ਤੇ ਇੱਕ ਦੂਜੀ ਗੱਲ ਚਾਬੀ ਕਾਊਂਟਰ ਤੇ ਪਈ ਥੀ ਆ ਗਈ ਤਾਂ ਚੋਰੀ ਕਰਦੀ। ਹੋਰ ਘਾਟਾ ਕਿਸੇ ਚੀਜ਼ ਦਾ ਨਹੀਂ, ਘਾਟਾ ਕਿਸੇ ਚੀਜ਼ ਦਾ ਨਹੀਂ, ਲਾਲਚ ਆ ਗਿਆ ਮਨ ਚ? ਨਹੀਂ ਨਹੀਂ, ਉਹ ਤਾਂ ਉਹ ਮਤਲਬ ਕਿ ਹਸਣ ਖੇਡਣ ਦੀ ਜੀ, ਇੱਕ ਦੋ ਦਿਨ ਪਹਿਲਾਂ ਹੱਸਦੇ ਖੇਡਦੇ ਸੀ ਵੀ ਆਹ ਕਹਿੰਦਾ ਸੀ ਇੱਕ ਨਵੀਂ ਸਾਹ ਪਸੰਦ ਆ ਗਈ ਆਪਾਂ ਲੈ ਲੈਂਦੇ ਐਂ ਕਰਕੇ। ਉਹ ਗੱਲ ਕੋਈ ਨਾ ਚਿੱਟੇ ਵਿੱਚ ਦਿਮਾਗ ਦੇ ਵਿੱਚ ਲਗਦੀ ਹੈ ਕਿ ਤਲਾਹ ਕਰ ਲੈ ਆਹ ਗੱਲ ਹੋਈ। ਹੋਰ ਵੀ ਤੁਹਾਡੇ ਤੇ ਮਾਮਲੇ ਹੈਗੇ ਦਰਜ? ਹਾਂ, ਮੇਰੇ ਤੇ ਕੋਈ ਵਹਿਦਾ ਮਾਮਲਾ ਜੀ ਤੇ ਚੰਗਾ ਮਾਸਟਰ ਲੱਗਿਆ ਹੋਇਆ ਸੀ, ਛੇ ਮਹੀਨੇ ਨਸ਼ਾ ਕਰਦੇ ਨੂੰ ਹੁਣ ਜ਼ਿਆਦਾ ਕਰਦਾ ਜੀ ਉਹਦੇ ਨਾਲ ਨੂੰ, ਉਹ ਉਸ ਕਰਕੇ ਪੈ ਗਿਆ। ਤੁਹਾਡੇ ਤੇ ਪਹਿਲਾਂ ਮਾਮਲੇ ਦਰਜ ਆ ਕਾਫੀ, ਤੁਸੀਂ ਵੀ ਨਾਲ ਸੀ ਇਹਨਾਂ ਦੇ? ਇੱਥੇ ਆਏ ਕਿੰਦੇ ਤੇ ਸੀਗੇ? ਕਾਰ ਤੇ ਆਏ ਸੀ। ਤੇ ਫਿਰ ਇੱਥੋਂ ਚੋਰੀ ਕਰਕੇ ਕਿੱਥੇ ਲੈ ਗਏ ਸੀ? ਖੇਤ ਲੈ ਗਏ ਸੀ। ਕੀ ਰੰਗ ਰੁੰਗ ਬਦਲਣਾ ਸੀ ਇਹਦਾ? ਅੱਛਾ, ਉੱਥੇ ਜਾ ਕੇ ਖੜੀ ਕਰ ਲਈ? ਪੈਸੇ ਪੂਹੇ ਵੀ ਹੈਗੇ ਸੀ ਵਿੱਚ? ਕੁਛ ਨਹੀਂ ਸੀਗਾ ਅੱਜ। ਇੱਕ ਕਾਰ ਚੋਰੀ ਹੋਈ ਸੀਗੀ 7 ਤਰੀਕ ਨੂੰ, ਇੱਥੇ ਕਰਿਆਨੇ ਦੀ ਦੁਕਾਨ ਆਪਣਾ ਫਾਜ਼ਿਲਕਾ ਰੋਡ ਤੇ, ਉੱਥੇ ਦੋ ਬੰਦੇ ਸੁਨੀਲ ਕੁਮਾਰ ਸਨੋਹ ਮੇਜ ਸਿੰਘ ਉਰਫ ਮੋਤੀ ਸਿੰਘ ਵਾਸੀ ਪਿੰਡ ਅਮਰਪੁਰਾ ਥਾਣਾ ਅਬੋਹਰ, ਦੂਸਰਾ ਸੀਗਾ ਰੋਬਨ ਬਿਸ਼ਨੋਈ ਪੁੱਤਰ ਸੋਹਣ ਸਿਆਗ ਵਾਸੀ ਰਾਜਾਂ ਵਾਲੀ, ਇਹ ਵੀ ਅਬੋਹਰ ਦਾ ਰਹਿਣ ਵਾਲਾ ਸੀ। ਇਹ ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਗਏ, ਉੱਥੇ ਇੱਕ ਸਕੋਡਾ ਕਾਰ ਦੀ ਚਾਬੀ ਇਹਨਾਂ ਨੇ ਦੁਕਾਨ ਤੋਂ ਚੁੱਕ ਲਈ ਸੀ। ਇਹ 7 ਤਰੀਕ ਦਾ ਵਾਕਿਆ ਹੈ, ਇਸ ਤੇ ਮੁਕੱਦਮਾ ਨੰਬਰ 1 ਇੱਥੇ ਥਾਣਾ ਸਿਟੀ ਜਲਾਲਾਬਾਦ ਵਿੱਚ ਦਰਜ ਹੋਇਆ। ਮਾਨਯੋਗ ਐਸ ਐਸ ਪੀ ਸਾਹਿਬ ਸ੍ਰੀ ਮਨਜੀਤ ਸਿੰਘ ਜੀ ਢੇਸੀ ਹੋਰਾਂ ਵੱਲੋਂ ਲੁੱਟਾਂ ਖੋਹਾਂ ਤੇ ਹੋਰ ਵਾਰਦਾਤਾਂ ਕਰਨ ਵਾਲਿਆਂ ਦੇ ਖਿਲਾਫ਼ ਜਿਹੜੀ ਮੁਹਿੰਮ ਛੇੜੀ ਹੋਈ ਸੀ ਉਹਦੇ ਤਹਿਤ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ। ਇਨਵੈਸਟੀਗੇਸ਼ਨ ਚ ਟੀਮ ਬਣੀ, ਸੀ ਆਈ ਏ ਇੰਚਾਰਜ ਅਮਰਿੰਦਰ ਗਿੱਲ ਤੇ ਸਿਟੀ ਐਸ ਐਚ ਓ ਇੰਸਪੈਕਟਰ ਲੇਖਰਾਜ ਤੇ ਸਾਡੀ ਸਪੈਸ਼ਲ ਬ੍ਰਾਂਚ, ਇਹਨਾਂ ਤਿੰਨਾਂ ਟੀਮਾਂ ਨੇ ਇਨਵੈਸਟੀਗੇਸ਼ਨ ਕਰਕੇ ਇਹ ਜਿਹੜੀ ਸਕੋਡਾ ਕਾਰ ਤੇ ਜਿਹੜੇ ਮੁਜਰਮ ਨੇ ਇਹ ਕਾਬੂ ਕਰ ਲਿੱਤੇ। ਜਿਹੜੇ ਮੁਜਰਮ ਨੇ ਜਦੋਂ ਕਾਬੂ ਕੀਤੇ, ਇਹ ਕਾਰ ਦੇ ਵਿਚੋਂ 10 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ, ਜਿਸ ਤੇ ਅਲੱਗ ਮੁਕਦਮਾ ਨੰਬਰ 6/16/1/24/21/29/65 ਐਨ ਡੀ ਪੀ ਐਸ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਸਿਟੀ ਜਲਾਲਾਬਾਦ। ਤੇ ਸਟੋਰੀ ਇਹ ਹੈ ਕਿ ਵੀ ਇਹ ਸੁਨੀਲ ਕੁਮਾਰ ਜਿਹੜਾ ਹੈਗਾ ਅਮਰਪੁਰੇ ਦਾ ਰਹਿਣ ਵਾਲਾ ਹੈ ਅਬੋਹਰ ਸਾਈਡ ਦਾ, ਇਹਦੇ ਤੇ 8 ਮੁਕਦਮੇ ਦਰਜ ਨੇ। ਇਹ ਕ੍ਰਿਮੀਨਲ ਬੰਦਾ ਹੈ, ਜਰਾਇਮ ਪੇਸ਼ਾ ਆਦਮੀ ਹੈ। 4 ਮੁਕਦਮੇ ਤੇ ਐਨ ਡੀ ਪੀ ਐਸ ਦੇ ਨੇ, 2 ਮੁਕਦਮੇ ਸ਼ਰਾਬ ਦੇ ਨੇ ਤੇ 1 ਮੁਕਦਮਾ ਹੈ ਤੇ 304 ਦਾ ਹੈਗਾ ਤੇ 1 ਮੁਕਦਮਾ ਲੜਾਈ ਝਗੜੇ ਦਾ ਹੈਗਾ। ਜਿਹੜਾ ਰੋਬਿਨ ਹੈ, ਰੋਬਿਨ ਬਿਸ਼ਨੋਈ ਜਿਹੜਾ ਇਹਦਾ ਕੋ ਅਕਿਊਜ਼ਡ ਹੈ, ਇਹ ਮੁੰਡਾ ਐਮ ਏ ਪਾਸ ਹੈ। ਇਹਨੇ ਸਕੋਡਾ ਗੱਡੀ ਰੱਖੀ ਹੋਈ ਸੀਗੀ ਪਹਿਲਾਂ, ਇਹਦੇ ਖੁਆਬ ਉੱਚੇ ਸੀਗੇ, ਇਹਨੇ ਆਪਣੀ
ਖੁਆਬਾਂ ਨੂੰ ਪੂਰਾ ਕਰਨ ਲਈ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਸਾਡੀ ਜਿਹੜੀ ਟੀਮ ਸੀ ਪੁਲਿਸ ਪਾਰਟੀ ਦੀ, ਜਿਹੜੀ ਇੰਸਪੈਕਟਰ ਸੀ ਆਈ ਏ, ਸਿਟੀ ਐਸ ਐਚ ਓ ਤੇ ਸਾਡੀ ਸਪੈਸ਼ਲ ਬ੍ਰਾਂਚ, ਇਹਨਾਂ ਨੇ ਜੁਆਇੰਟ ਆਪਰੇਸ਼ਨ ਕਰਕੇ ਇਹਨਾਂ ਨੂੰ ਅਸੀਂ ਕਾਬੂ ਕਰ ਲਿੱਤਾ। ਨਹੀਂ, ਇਹ ਕੁਦਰਤੀ ਆਪਣਾ ਉੱਥੇ ਸਮਾਨ ਲੈਣ ਗਏ ਸੀਗੇ ਦੁਕਾਨ, ਕਰਿਆਨੇ ਦੀ ਦੁਕਾਨ ਦੇ ਉੱਪਰ, ਤੇ ਉੱਥੇ ਅਚਾਨਕ ਚਾਬੀ ਪਈ ਸੀ। ਇਹ ਜਿਹੜਾ ਚਾਬੀ ਇਹਨਾਂ ਨੇ ਚੁੱਕ ਲਈ, ਸਕੋਡਾ ਕਾਰ ਖੜੀ ਸੀ, ਕਿਉਂਕਿ ਜਿਹੜਾ ਇਹ ਰੋਬਿਨ ਨਾਂ ਦਾ ਲੜਕਾ ਹੈ, ਇਹਨੇ ਪਹਿਲਾਂ ਸਕੋਡਾ ਕਾਰ ਰੱਖੀ ਹੋਈ ਸੀ। ਉਹ ਉਸ ਆਪਣੀ ਇੱਛਾ ਪੂਰੀ ਕਰਨ ਲਈ ਵੀ ਮੈਂ ਸਕੋਡਾ, ਚਲੋ ਇਹਦਾ ਰੰਗ ਚੇਂਜ ਕਰ ਲੂੰਗਾ, ਤੇ ਇਹ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਇਹ ਕਲਰ ਚੇਂਜ ਕਰਕੇ ਇਹਨੂੰ ਚਲਾਉਂਦਾ ਫਿਰੂੰਗਾ ਇਹਨੂੰ ਮੈਂ। ਸਰ ਇਹ ਅਬੋਹਰ ਏਰੀਏ ਦੇ ਰਹਿਣ ਵਾਲੇ ਸੀ, ਇੱਧਰ ਕਿਵੇਂ ਆਏ ਸੀ? ਇਹ ਦੋਨੋਂ ਅਬੋਹਰ ਏਰੀਏ ਰਹਿਣ ਵਾਲੇ ਸੀ, ਇਹ ਹੁਣ ਰਿਮਾਂਡ ਲਿਆ, ਹੁਣ ਪੁੱਛ ਗਿੱਛ ਇਹ ਕਲੀਅਰ ਕਰਾਂਗੇ ਵੀ ਇੱਧਰ ਕੀ ਕਰਨਾ ਆਏ ਸੀ। ਸਰ ਕਾਰ ਲੁੱਟ ਕੇ ਲੈ ਗਏ ਸੀ, ਕਿਹੜੀ ਜਗ੍ਹਾ ਤੇ ਲੈ ਗਏ ਸੀ ਬਰਾਮਦਗੀ ਜਿੱਥੇ ਹੋਈ ਹੈ ਕਾਰ ਦੀ? ਕਾਰ ਦੀ ਬਰਾਮਦਗੀ ਆਪਣੇ ਜਲਾਲਾਬਾਦ ਦੇ ਏਰੀਏ ਚ ਹੋਈ, ਆਪਾਂ ਨਾਕੇ ਲੱਗੇ ਹੋਏ ਸੀਗੇ ਸਾਡੇ ਜੀ, ਥਾਣਾ ਸਿਟੀ ਦੇ ਏਰੀਏ ਚ ਬਰਾਮਦਗੀ ਹੋਈ ਹੈ ਜੀ। ਸਰ 7 ਤਰੀਕ ਨੂੰ ਇਹ ਜਿਹੜਾ ਕਾਰ ਚੋਰੀ ਹੁੰਦੀ ਹੈ, ਤੇ ਉਸ ਤੋਂ ਬਾਅਦ ਇਹ ਕੱਲ ਫਿਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸੀ, ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ ਜੀ? ਨਹੀਂ, ਇਹ ਹੁਣ ਹਜੇ ਪੁੱਛ ਗਿੱਛ ਦਾ ਵਿਸ਼ਾ ਹੈ, ਇਹ ਰਿਮਾਂਡ ਲਿਆ, ਇਹਦਾ ਇੰਟਰੋਗੇਸ਼ਨ ਕਰਾਂਗੇ, ਪੁੱਛ ਗਿੱਛ ਕਰਾਂਗੇ ਜੀ, ਤੇ ਉਥੋਂ ਫਿਰ ਕਲੀਅਰ ਕਰਾਂਗੇ ਵੀ ਇਹ ਕੀ ਕਰਨਾ ਸੀ। ਸਰ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕੋਈ ਪਰਚੇ ਨੇ? ਹਾਂ, ਜਿਹੜਾ ਹੈਗਾ ਸੁਨੀਲ ਕੁਮਾਰ ਹੈ ਜਿਹੜਾ ਉਰਫ ਉਮੇਦ, ਇਹਦੇ ਤੇ 8 ਪਰਚੇ ਨੇ, 8 ਮੁਕਦਮੇ ਨੇ, 4 NDPS ਦੇ ਨੇ, 2 ਸ਼ਰਾਬ ਦੇ ਮੁਕਦਮੇ ਨੇ, ਤੇ 1 ਲੜਾਈ ਝਗੜੇ ਦਾ, 1 304 ਦਾ ਮੁਕਦਮਾ। ਸਰ ਇਹਨਾਂ ਨੂੰ ਪੇਸ਼ ਕੀਤਾ ਗਿਆ ਹੁਣ ਅਦਾਲਤ ਚ? ਹਾਂ, ਪੇਸ਼ ਕਰਕੇ 1 ਦਿਨ ਦਾ ਰਿਮਾਂਡ ਲਿਆ ਗਿਆ, ਹੁਣ ਦੁਬਾਰਾ ਫਿਰ ਪੇਸ਼ ਕਰਕੇ ਹੋਰ ਰਿਮਾਂਡ ਲਵਾਂਗੇ, ਤੇ ਇਹਨਾਂ ਤੋਂ ਹੋਰ ਪੁੱਛ ਗਿੱਛ ਕਰਾਂਗੇ, ਅਗਰ ਕੋਈ ਹੋਰ ਕੁਛ ਨਿਕਲਦਾ ਹੋਵੇ ਤਾਂ ਜ਼ਰੂਰ ਇਹ ਤੋਂ ਪੁੱਛ ਗਿੱਛ ਕਰਾਂਗੇ। ਸਰ ਕਿੰਨੇ ਦਿਨਾਂ ਚ ਕੰਮ ਤੇ ਜਿਹੜੀ ਪੁਲਿਸ ਨੂੰ ਹੱਥ ਲੱਗੀ ਹੈ ਜੀ? ਇਹ 8-9 ਦਿਨਾਂ ਦੇ ਵਿੱਚ ਅਸੀਂ ਇਹਨੂੰ ਕਰ ਲਿਆ ਕਾਬੂ। ਸਰ 7 ਤਰੀਕ ਤੇ ਵਾਰਦਾਤ ਹੈ, ਦੇਖੋ ਅੱਜ ਹੈਗੀ ਆ 16 ਤਰੀਕ, ਤੇ ਅਸੀਂ ਇਹਨਾਂ ਨੂੰ 8-9 ਦਿਨਾਂ ਚ ਕਾਬੂ ਕਰ ਲਿਆ। ਸਰ ਹੋਰ ਜੋ ਕਈ ਮੁਰਜੇ ਨੂੰ ਲੁੱਟਾ ਖੋਆ ਕਰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਉਹਨਾਂ ਨੂੰ ਖਬਰਦਾਰ ਕਰਨਾ ਚਾਹੂੰਗਾ, 100 ਦਿਨ ਚੋਰ ਦੇ 1 ਦਿਨ ਸਾਧ ਦਾ, ਕਦੇ ਨਾ ਕਦੇ ਫੜੇ ਜਾਣਗੇ ਜੋ ਵੀ ਵਾਰਦਾਤ ਕਰੇਗਾ। ਇਹਨਾਂ ਨੂੰ ਵੀ ਇਹ ਭੁਲੇਖਾ ਸੀ ਵੀ ਨਹੀਂ ਫੜੇ ਜਾਵਾਂਗੇ, 8 ਮੁਕਦਮੇ ਪਹਿਲਾਂ ਦਰਜ ਨੇ, ਪਹਿਲਾਂ ਵੀ ਫੜਿਆ ਗਿਆ ਕਈ ਵਾਰ, ਹੁਣ ਫੇਰ ਫੜਿਆ ਜਾਊਗਾ। ਸਰ ਇਸ ਕੇਸ ਤੋਂ ਹਟ ਕੇ ਖਬਰ, ਮਤਲਬ ਜੇ ਜਿਵੇਂ ਲੁੱਟਾਂ ਖੋਹਾਂ ਹੋ ਰਹੀਆਂ, ਸਭ ਤੋਂ ਮੇਨ ਕਾਰਨ ਹੈ ਨਸ਼ਾ। ਤਕਰੀਬਨ ਜਿਹੜਾ ਤੁਸੀਂ ਹੁਣ ਵੀ ਜਿਹੜੀ ਗੱਲ ਕੀਤੀ, ਇਹਦੇ ਜਿਹੜੀ ਗੱਡੀ ਦੇ ਵਿੱਚ ਨਸ਼ਾ ਵੀ ਫੜਿਆ ਗਿਆ, ਔਰ ਜਿਹੜੇ ਨਸ਼ੇ ਦੇ ਜਿਹੜੇ ਵੇਚਣ ਵਾਲੇ ਜਾਂ ਕਰਨ ਵਾਲੇ, ਇਹ ਜਿਹੜੇ ਵਾਰਦਾਤਾਂ ਕਰਦੇ ਹਨ, ਠੀਕ ਹੈ? ਔਰ ਅੱਜ ਤੱਕ ਇਹ ਬੰਦੇ ਅਰੈਸਟ ਕਿਉਂ ਨਹੀਂ ਕੀਤੇ ਜਾਂਦੇ? ਕਿਉਂਕਿ ਜਿਹੜਾ ਹੁਣ ਕੋਈ ਆਪਣੇ ਮੁਲਾਜ਼ਮ ਵੀ ਕਹਿੰਦੇ ਹਨ ਵੀ ਜਿਹੜੇ ਇਹਨਾਂ ਨੂੰ ਸ਼ਾਮ ਨੂੰ ਤੋੜ ਪੈਂਦੀ ਹੈ ਨਸ਼ੇ ਦੀ, ਔਰ ਸਾਡੀ ਇੱਕ ਮਜਬੂਰੀ ਬਣ ਜਾਂਦੀ ਹੈ ਬਈ ਇਹਨਾਂ ਨੂੰ ਅਸੀਂ ਜ਼ਿਆਦਾ ਇਹਨਾਂ ਨਾਲ ਖਿੱਚਦਾਸ ਨਹੀਂ ਕਰ ਸਕਦੇ, ਬਈ ਸਾਨੂੰ ਅਸੀਂ ਸਖ਼ਤੀ ਨਾਲ ਪੇਸ਼ ਨਹੀਂ ਆ ਸਕਦੇ, ਬਈ ਇਹ ਸੱਚਾਈ ਹੈ ਕਿ ਪੁਲਿਸ ਇਸ ਚੀਜ਼ ਤੋਂ ਵੀ ਡਰਦੀ ਹੈ ਕਿ ਵੀ ਇਹਨਾਂ ਨੂੰ ਕੁਛ ਹੋਰ ਨਾ ਜਾਵੇ? ਨਹੀਂ ਨਹੀਂ, ਏਦਾਂ ਦਾ ਕੋਈ ਡਰ ਨਹੀਂ ਹੈਗਾ, ਏਦਾਂ ਦਾ ਕੋਈ ਨਹੀਂ, ਬਿਲਕੁਲ ਇਨਵੈਸਟੀਗੇਸ਼ਨ ਕਰਦੇ, ਸਾਡੇ ਇੰਸਪੈਕਟਰ ਲਾਏ ਹੋਏ ਨੇ, ਇਹ ਕਿਤੋਂ ਇਹ ਇੰਸਪੈਕਟਰ ਲੱਗੇ ਹੋਏ ਨੇ, ਉਹਨਾਂ ਨੂੰ ਤਜਰਬਾ ਬੜਾ ਹੈ, ਪੁਰਾਣੇ ਇੰਸਪੈਕਟਰ ਨੇ, ਉਹ ਗੱਲਾਂ ਬਾਤਾਂ ਚ ਹੀ ਉਹ ਇਨਵੈਸਟੀਗੇਸ਼ਨ ਕਰਕੇ ਲਿੰਕ ਨਾਲ ਲਿੰਕ ਜੋੜ ਕੇ ਉਹ ਛਾਨਬੀਨ ਕਰ ਲੈਂਦੇ। ਜਿਹੜਾ ਰੋਬਿਨ ਆ, ਐਮ ਏ ਇੰਗਲਿਸ਼ ਹੈ।
ਰੋਬੀ ਨਾਇਕ ਕੰਮ ਕੀ ਕਰਦਾ ਸੀਗਾ? ਇਹ ਵਿਹਲਾ ਹੀ ਆਇਆ, ਕੋਈ ਕੰਮ ਨੀ ਕਰਦਾ, ਬੇਰੁਜ਼ਗਾਰ। ਠੀਕ ਹੈ, ਥੈਂਕ ਯੂ।